ਸਤਿ ਸ਼੍ਰੀ ਅਕਾਲ ਜੀ, ਸਾਡੇ ਵਾਲਾ ਰੇਡੀਓ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅਸੀਂ ਹਾਜ਼ਰ ਹੋ ਗਏ ਹਾਂ ਜੀ ਖਬਰਾਂ ਲੈ ਕੇ। ਮੈਂ ਹਾਂ ਹਰਮਨਪ੍ਰੀਤ ਕੌਰ। ਹਰ ਰੋਜ਼ ਦੀ ਤਰ੍ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ। ਉਹਨਾਂ ਤੋਂ ਜਾਣਾਂਗੇ ਦੇਸ਼ ਦੁਨੀਆ ਦਾ ਤੇ ਪੰਜਾਬ ਦਾ ਹਾਲ ਚਾਲ। ਇਹ ਖਬਰਾਂ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸਾਡਾ ਸਹਿਯੋਗ ਕੀਤਾ ਹੈ ਇੰਡੋ ਸਪਾਈਸ ਵਰਲਡ ਤੇ ਮਨੀਗ੍ਰਾਮ ਨੇ। ਟੈਣਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਚ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਤਾਂ ਹਰਪਾਲ ਸਿੰਘ ਚੀਮਾ ਹੋਰਾਂ ਦੀ ਗੱਲ ਕਰਦੇ ਹਾਂ ਜੀ। ਵਿਧਾਇਕਾਂ ਸਮੇਤ ਕਹਿੰਦੇ ਡੀਜੀਪੀ ਸਾਹਿਬ ਨੂੰ ਮਿਲੇ ਨੇ। ਹਾਂ ਬਿਲਕੁਲ ਜੀ, ਆਮ ਆਦਮੀ ਪਾਰਟੀ ਦਾ ਇਸ ਵੇਲੇ ਕਾਫੀ ਰੌਲਾ ਚੱਲ ਰਿਹਾ ਪੰਜਾਬ ਦੇ ਵਿੱਚ, ਕਿਉਂਕਿ ਆਪਾਂ ਕੱਲ ਵੀ ਬੁਲੇਟਿਨ ਦੇ ਵਿੱਚ ਇਹਨਾਂ ਖਬਰਾਂ ਦੇ ਵਿੱਚ ਗੱਲ ਸਾਂਝੀ ਕੀਤੀ ਸੀ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਦੋਸ਼ ਲਾਇਆ ਗਿਆ ਕਿ ਬੀਜੇਪੀ ਦੇ ਵੱਲੋਂ ਸਿੱਧੇ ਤੇ ਅਸਿੱਧੇ ਤਰੀਕੇ ਦੇ ਨਾਲ ਸਾਡੇ 10 ਦੇ ਕਰੀਬ ਵਿਧਾਇਕਾਂ ਤੱਕ ਪੇਸ਼ਕਸ਼ ਕੀਤੀ ਗਈ ਹੈ 25-25 ਕਰੋੜ ਰੁਪਏ ਦੀ ਇੱਕ ਜਣੇ ਨੂੰ, ਵੀ ਤੁਸੀਂ ਛੱਡ ਕੇ ਆਮ ਆਦਮੀ ਪਾਰਟੀ ਨੂੰ ਤਾਂ ਸਾਡੀ ਪਾਰਟੀ ਵੱਲ ਆ ਜਾਓ, ਪਰ ਸਾਡੀ ਪਾਰਟੀ ਦੇ ਵਿਧਾਇਕ ਵਿਕਣਗੇ, ਰੁਕਣਗੇ, ਝੁਕਣਗੇ ਨਹੀਂ, ਇਹ ਇਮਾਨਦਾਰ ਹਨ, ਸਨ ਤੇ ਰਹਿਣਗੇ। ਸੋ ਹਰਪਾਲ ਸਿੰਘ ਚੀਮਾ ਲੰਘੇ ਕੱਲ, ਪਤਾ ਲੱਗਾ ਜੀ ਕਿ ਜਾ ਕੇ ਆਏ ਹੈਗੇ ਆ ਡੀ ਜੀ ਪੀ ਦੇ ਕੋਲੇ, ਗੌਰਵ ਯਾਦਵ ਸਾਹਿਬ ਦੇ ਕੋਲੇ ਗਏ ਸੀ ਦਫ਼ਤਰ ਦੇ ਵਿੱਚ, ਨਾਲ ਉਹ ਕੁਝ ਵਿਧਾਇਕਾਂ ਨੂੰ ਵੀ ਲੈ ਕੇ ਗਏ ਆ ਤੇ ਉੱਥੇ ਜਾ ਕੇ ਉਹਨਾਂ ਨੇ ਕੁਝ ਸਬੂਤ ਪੇਸ਼ ਕੀਤੇ ਆ, ਇੱਕ ਮੰਗ ਪੱਤਰ ਦਿੱਤਾ ਤੇ ਇਹ ਗੱਲ ਕਹੀ ਆ ਵੀ ਅਪਰਾਧਿਕ ਪਰਚਾ ਦਰਜ ਕੀਤਾ ਜਾਵੇ ਉਹਨਾਂ ਲੋਕਾਂ ਦੇ ਉੱਤੇ ਜਿਨ੍ਹਾਂ ਦੇ ਵੱਲੋਂ ਇਹਨਾਂ ਨੰਬਰਾਂ ਦੇ ਉੱਤੋਂ ਫੋਨ ਕਾਲ ਕੀਤੀ ਗਈ ਆ। ਸੋ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਹ ਜਿਹੜੀ ਆਪਰੇਸ਼ਨ ਲੋਟਸ ਆ ਦਿੱਲੀ ਦੇ ਵਿੱਚ ਅਸਫਲ ਹੋ ਗਿਆ ਤੇ ਹੁਣ ਇਹ 25-25 ਕਰੋੜ ਰੁਪਇਆ ਲੈ ਕੇ ਪੰਜਾਬ ਦੇ ਵੱਲ ਆ ਗਏ ਆ। ਉਧਰੋਂ ਕੇਜਰੀਵਾਲ ਦਾ ਇੱਕ ਬਿਆਨ ਆਇਆ, ਉਹ ਕਹਿੰਦੇ ਵੀ ਭਾਰਤ ਦੇ ਵਿੱਚ ਹਰ ਚੀਜ਼ ਦੀ ਮਹਿੰਗਾਈ ਕਿਉਂ ਆ, ਕਿਉਂਕਿ ਜਨਤਾ ਦੇ ਪੈਸੇ ਨੂੰ ਤਾਂ ਇਹ MLA ਖਰੀਦਣ ਦੇ ਉੱਤੇ ਲਾ ਦਿੰਦੀ BJP ਤੇ ਇਸ ਕਰਕੇ ਭਾਰਤ ਦੇ ਵਿੱਚ ਮਹਿੰਗਾਈ ਸਿਖਰਾਂ ਨੂੰ ਛੋਹ ਰਹੀ ਹੈ ਤੇ ਇਸੇ ਕਰਕੇ ਭਾਰਤ ਦੇ ਲੋਕ ਆ ਜਿਹੜੇ ਉਹ ਇਸ ਵੇਲੇ ਮਹਿੰਗਾਈ ਦੀ ਚੱਕੀ ਦੇ ਵਿੱਚ ਪਿਸ ਰਹੇ ਆ। ਸੋ ਉਹਨਾਂ ਨੇ ਕਿਹਾ ਜੀ ਕਿ ਭਾਰਤ ਦੇ ਲੋਕਾਂ ਨੂੰ ਇਹਨਾਂ ਦੀ ਸੱਚਾਈ ਦਾ ਪਤਾ ਲੱਗ ਹੀ ਗਿਆ ਵੀ ਭਾਈ ਇਹ ਕੀ ਕਰਦੇ ਤੇ ਕੀ ਨਹੀਂ। ਉਹਨਾਂ ਨੇ ਕਿਹਾ ਜੀ ਕਿ ਸਾਡੀ ਪਾਰਟੀ ਦੇ ਵਿਧਾਇਕ ਆ, ਇਹ ਕੋਈ ਕਾਂਗਰਸੀ ਨਹੀਂ ਗੇ ਵੀ ਜਿਹੜੇ ਕਿ ਕਦੇ ਕਿੱਧਰੋਂ ਵਿਕ ਗਏ ਤੇ ਕਦੇ ਕਿੱਧਰੋਂ ਉੱਧਰ ਛੱਡ ਕੇ ਤੇ ਇਧਰਲੇ ਪਾਸੇ ਆ ਗਏ। ਸਾਡਾ ਨਾ ਕੋਈ ਦਿੱਲੀ ਦਾ ਵਿਕਿਆ, ਸਾਡਾ ਨਾ ਕੋਈ ਪੰਜਾਬ ਦਾ ਵਿਕਣਾ। ਤੇ ਵੈਸੇ ਇੱਕ ਜਾਣਕਾਰੀ ਇਹ ਵੀ ਆ ਵੀ ਗੋਆ ਦੇ 8 ਕਾਂਗਰਸੀ ਵਿਧਾਇਕ ਲੰਘੇ ਕੱਲ BJP ਦੇ ਵਿੱਚ ਸ਼ਾਮਿਲ ਹੋ ਗਏ ਆ, ਪਤਾ ਨਹੀਂ ਮੁਫ਼ਤ ਦੇ ਵਿੱਚ ਹੋਏ ਆ, ਪਤਾ ਨਹੀਂ ਡਰ ਕਰਕੇ ਹੋਏ ਆ, ਪਤਾ ਨਹੀਂ ਪੈਸੇ ਕਰਕੇ ਹੋਏ ਆ। ਸੋ ਉਸ ਤੋਂ ਅਗਲੀ ਗੱਲ ਇਹ ਜੀ ਕਿ BJP ਦੇ ਵੱਲੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਘੇਰਿਆ ਗਿਆ ਵੀ ਇਹ ਕਰਦੇ ਖੇਖਣ, ਇਹ ਕਰਦੇ ਪਖੰਡ, ਇਹਨਾਂ ਦੇ ਕੋਲੇ ਨਾਟਕਬਾਜ਼ੀ ਤੋਂ ਬਿਨਾਂ ਹੋਰ ਕੁਝ ਹੈ ਨਹੀਂ ਗਾ। ਤੇ ਜਿਸ ਤਰੀਕੇ ਦੇ ਨਾਲ ਹੁਣ ਇਹ ਮਾਮਲਾ ਕਾਫੀ ਭਖਿਆ ਹੋਇਆ ਤੇ ਇਸ ਮਾਮਲੇ ਦੇ ਵਿੱਚ ਆਉਂਦੇ ਸਮੇਂ 'ਚ ਕੀ ਮੋੜ ਆਊਗਾ ਵਕਤ ਦੱਸੂਗਾ। ਪਰ ਕੱਲ੍ਹ ਹਰਪਾਲ ਚੀਮਾ ਨੇ ਇਹ ਵੀ ਗੱਲ ਦੱਸੀ ਆ ਵੀ ਕਿਹੜੇ ਕਿਹੜੇ ਵਿਧਾਇਕਾਂ ਨੂੰ ਫੋਨ ਆਏ ਆ। ਉਹ ਕਹਿੰਦੇ ਜੀ ਵੀ ਇੱਕ ਤਾਂ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਫੋਨ ਆਏ ਆ ਵੀ ਭਾਈ ਆ ਜਾਓ, ਤੁਹਾਡੀ ਬਾਊ ਜੀ ਨਾਲ ਸੈਟਿੰਗ ਕਰਾਉਂਦੇ ਆ। ਇੱਕ ਸ਼ੀਤਲ ਅੰਗਰਾਲ ਨੂੰ ਆਏ ਆ, ਲਾਭ ਸਿੰਘ ਉਗੋਕੇ ਨੂੰ ਆਏ ਆ, ਉਧਰੋਂ ਕੁਲਵੰਤ ਸਿੰਘ ਪੰਡੋਰੀ ਹੋਰਾਂ ਨੂੰ ਆਏ ਆ। ਇਸ ਤਰੀਕੇ ਦੇ ਨਾਲ ਉਹ ਕਹਿੰਦੇ ਵੀ ਕਈਆਂ ਨੂੰ ਫੋਨ ਆਏ ਆ, ਅਸੀਂ ਰਿਕਾਰਡਿੰਗਾਂ ਤੇ ਹੋਰ ਸਬੂਤ ਆ ਜਿਹੜੇ ਛੋਟੇ ਵੱਡੇ ਉਹ DGP ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾਤੇ ਆ ਵੀ ਬਣਦੀ ਕਾਰਵਾਈ ਕੀਤੀ ਜਾਵੇ ਜੀ। ਜੀ, ਪਰ ਉਧਰ ਦੂਸਰੇ ਬੰਨੇ ਤਰੁਣ ਚੌਗੋਰੀ ਕਹਿੰਦੇ ਨੇ, ਕਹਿੰਦੇ ਆਪ ਵਿਧਾਇਕਾਂ ਨੂੰ ਖਰੀਦਣ ਦੇ ਮਾਮਲੇ ਦੀ ਜਿਹੜੀ CBI ਤੋਂ ਜਾਂਚ ਹੋਣੀ ਚਾਹੀਦੀ ਹੈ ਜੀ। ਦੇਖੋ ਗੱਲ ਇਹ ਜੀ ਕਿ ਤਰੁਣ ਚੌਗ BJP ਦੇ ਆਗੂ ਆ, ਉਹਨਾਂ ਨੇ ਕਿਹਾ ਜੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਕੋਈ ਖਰੀਦਦਾ ਨਹੀਂ, ਇਹ ਤਾਂ ਸਿਰਫ ਤੇ ਸਿਰਫ ਗੱਲਾਂ ਬਣਾਉਂਦੇ ਆ, ਇਹਦੇ ਵਿੱਚ ਕੋਈ ਸੱਚਾਈ ਨਹੀਂ, ਨਾ ਖਰੀਦਣ ਦੀ ਲੋੜ ਆ ਤੇ ਨਾ ਕੋਈ ਖਰੀਦ ਰਿਹਾ ਤੇ ਨਾ ਹੀ ਖਰੀਦਣ ਯੋਗ ਆ ਤੇ ਨਾ ਹੀ ਖਰੀਦਣੇ ਚਾਹੀਦੇ ਆ। ਉਹ ਕਹਿੰਦੇ ਜੀ ਇਹਨਾਂ ਨੇ ਵੱਲੋਂ ਸਿਰਫ ਤੇ ਸਿਰਫ ਇੱਕ ਨਾ ਪਲੈਨ ਕੀਤਾ ਗਿਆ ਜਿਵੇਂ ਈਵੈਂਟ ਹੁੰਦਾ, ਇਹ ਈਵੈਂਟ ਮੈਨੇਜਮੈਂਟ ਵਾਂਗੂ ਪਲੈਨ ਕਰਦੇ ਹਰ ਗੱਲ ਨੂੰ, ਇਹਨਾਂ ਦੀ ਕਿਸੇ ਗੱਲ ਦੇ ਵਿੱਚ ਕੋਈ ਸੱਚਾਈ ਹੁੰਦੀ ਨਹੀਂ। ਇਹ ਝੂਠ ਦੇ ਪੁਲਾਂ ਦੇ ਉੱਤੇ ਟਿੱਕੀ ਹੋਈ ਸਰਕਾਰ ਆ ਤੇ ਝੂਠ ਦੇ ਨਾਲ ਬਣੀ ਆ ਤੇ ਝੂਠ ਦੇ ਕਰਕੇ ਮੁੱਕ ਜਾਣੀ ਇਹ, ਤੇ ਇਹ ਆਪਦੇ ਭਾਰ ਨਾਲ ਹੀ ਡਿੱਗ ਪੈਣੀ ਸਰਕਾਰ, ਇਹਨਾਂ ਨੂੰ ਕੋਈ ਡਿੱਗ ਨਹੀਂ ਸਕਦਾ। ਵੈਸੇ ਵੀ ਮੇਰੇ ਮਨ ਦੇ ਵਿੱਚ ਇੱਕ ਇਹ ਗੱਲ ਆ ਰਹੀ ਆ ਵੀ ਦੇਖੋ 59 ਵਿਧਾਇਕ ਚਾਹੀਦੇ ਆ ਜਿਹਨੇ ਵੀ ਸਰਕਾਰ ਬਣਾਉਣੀ ਹੋਵੇ, ਆਮ ਆਦਮੀ ਪਾਰਟੀ ਕੋਲ 92 ਆ। ਜੇ ਮੰਨ ਲਓ BJP 10 ਵਿਧਾਇਕ ਖਰੀਦਣਾ ਵੀ ਚਾਹੁੰਦੀ ਹੋਵੇ, ਮੰਨ ਲਓ ਵੀ ਭਾਈ ਉਹਨਾਂ ਨੇ ਸੈਟਿੰਗ ਕਰਨੀ ਚਾਹੀ ਆ, ਤੇ ਉਹਨਾਂ ਦੇ ਕੋਲੇ ਤਾਂ ਜੀ ਪੰਜਾਬ ਦੇ ਵਿੱਚ ਵੈਸੇ ਪਹਿਲਾਂ ਹੀ 2 ਆ, ਤੇ ਜੇ 10 ਹੋਰ ਆ ਗਏ ਤਾਂ ਫਿਰ ਚਲੋ ਫਿਰ 12 ਹੋ ਗਏ। ਜੇ ਮੰਨ ਲਓ ਉਹ 10 ਹੋਰ ਵੀ ਪੱਟ ਲੈਣ ਤੇ ਫਿਰ 12 ਤੇ 10 22 ਹੋ ਗਏ, ਜੇ 20 ਹੋਰ ਵੀ ਪੱਟ ਲੈਣ ਫਿਰ 22 ਤੇ 20 42 ਹੋ ਗਏ, ਤੇ 59 ਤਾਂ ਕਿਸੇ ਵੀ ਹਿਸਾਬ ਨਾਲ ਨਹੀਂ ਬਣਦੇ ਤੇ ਇੰਨੇ ਵਿਧਾਇਕ ਤਾਂ ਪੱਟੇ ਵੀ ਨਹੀਂ ਜਾ ਸਕਦੇ, ਫਿਰ BJP ਇੱਡਾ ਦਾ ਪੰਗਾ ਕਿਉਂ ਲਊਗਾ ਵੀ ਜਦੋਂ ਕੋਈ ਫਾਇਦਾ ਹੀ ਨਹੀਂ। ਜਾਂ ਤਾਂ ਹੋਵੇ ਵੀ ਭਾਈ 7-8 ਦੀ ਗੱਲ ਆ ਵੀ ਬਾਕੀ ਤਾਂ ਇਹਨਾਂ ਦੇ ਕੋਲੇ 45-47 ਵਿਧਾਇਕ ਹੈਗੇ ਆ ਤੇ ਬਸ 8-10 ਦੀ ਗੱਲ ਆ, ਤੇ ਜੇ ਉਹ ਵੀ ਗੱਲ ਬਣ ਜੇ ਤਾਂ ਗੱਲ ਸਿਰੇ ਲੱਗ ਜਾਣੀ, ਸਰਕਾਰ ਬਣ ਜੂਗੀ। ਸੋ ਇਹ ਹੈ ਜੀ ਕਿ ਇਹ ਮਾਮਲਾ ਕੁਝ ਕੁ ਸ਼ੱਕੀ ਜਿਹਾ ਵੀ ਹੈ, ਪਰ ਹਰਪਾਲ ਸਿੰਘ ਚੀਮਾ ਕਹਿੰਦੇ ਵੀ ਭਾਈ ਇਹਨਾਂ ਨੂੰ ਆਦਤ ਆ, ਰੱਸਾ ਚੱਬਣ ਦੀ ਕੱਟੇ ਨੂੰ ਆਦਤ ਪਈ ਵੀ ਹੈ, ਇਹ ਹਟਦੇ ਨਹੀਂ ਗੇ, ਇਹਨਾਂ ਨੂੰ ਅਸੀਂ ਹਟਾ ਦੇਣਾ, ਇਹ
सोच रहे भी भाई हर कोई बकाऊ आ, साडी पार्टी का कोई भी विधायक कोई भी मंत्री किसी भी तरह का कोई रौले वाला नहीं गा, कोई इस वक्त बकाऊ नहीं हैगा। सो पता लगा जी कि आउंदे दिनां दे विच जदों हुण वापस आ गए भगवंत मान होरी, ते ओह वी इस मामले दे उत्ते तिखा स्टैंड लैणगे। वैसे चलो मैं चलदी खबर दे विच इक होर गल दस दिया, लंघे कल BMW कंपनी दे वल्लों इस गल नूं कह दिता गया कि भाई असीं पंजाब दे विच कोई नवां प्लांट नहीं ला रहे, क्योंकि भगवंत मान ने गल कही सी भी मैं जर्मनी दे दौरे दे उत्ते जदों ते BMW दे दफ्तर दे विच गया सी, उहनां ने पंजाब दे विच अपने आटो पार्ट्स दे लई प्लांट लाउण दे लई इच्छा जाहर कीती है, ते इह गल हो गई है। पर BMW ने इह गल कहती भी साडी कोई गल नहीं होएगी ते पंजाब दे विच साडा नवां प्लांट लाउण दे बारे कोई विचार है नहीं गा। जी बिल्कुल, इस मामले ते तां तस्वीरां भी बहुत ज्यादा सोशल मीडिया दे उपर वायरल हुंदियां पईयां ने। BMW दी जिहड़ी चिट्ठी आ ओह भी बहुत ज्यादा वायरल हो रही है। दूसरे बन्ने रौला भी बड़ा पिया होया जी, विरोधियां ने घेर लिया आम आदमी पार्टी सरकार देखो जी, दे गल सूबे यह ते। है कि मैं तो पहला भी गल कहना हुंदा भी कोई भी गल करन तो पहला एक गल क्लियर हो जानी चाहिए है, तुहाडे कोले सबूत होना चाहिए भी भाई आ गल दा पिछे कारण ये है। कई बार असी तत्ते घा दे विच कह देने हो गई गल हो गई हो गई हो गई हो गई, मैनूं लगदा भी भगवंत मान साहब दी ये गल हो गई हो गई हो गई वाली है। उन्होंने चाहिए सीगा भी जेकर वो पंजाब दे विच पूंजी निवेश करना चाहते हैं BMW वाले जां कोई भी होर कंपनी जां जिन्नियां भी कंपनियां नाल उन्हां दी गलबात चल रही है, वो भाई लिखती तौर दे उत्ते ना जिहड़ी वो गल कर लैण, जां जदों MOU साइन हो जाए ते फिर उन्होंने गल करनी चाहिए है। ऐ तुरे जाते गल करने नाल गल नहीं बनती भी भाई हाँ भी असी प्लांट लावांगे, ये कड़ा 5-10 रुपया च लग जाना, ये कई सैकड़े जां कई हजार करोड़ रुपये का एक प्लांट लगता, ते जिन्हें लाना उन्हें 3600 गल सोचनी है, लोड़ इस वेले सानू आ उन्हां नूं नहीं ओनी, असी चाहुंदे भी वो पंजाब दे विच आके लाउण, साडा नहीं कुछ चल रहा उन्हां दा तां पहलां ही चल रहा, असी चाहुंदे भी भाई पंजाब दे विच इन्वेस्टमेंट होवे, उन्हां दी तां कई देशां दे विच होर होई भी है। सो इस करके गल पहलां ना पक्की कर लेनी चाहिए, करार जदों पक्का हो जाए ते बयान भी उदों देना चाहिए भी आह देखो जी लिखती समझौता हो गया, असी आह देना उन्होंने आह देना ये बारे पक्का करार हो गया एग्रीमेंट हो गया फिर होवे। पर साडियां सरकारां जिहड़ियां काल बहुत करदियां भी भाई इदां ऐ हो गया इदां हो गया गल फाइनल, आह हो गया कम आह हो गया गल फाइनल, मेरे नाल हाथ मिलाया असी आह गल कीती सी हाथ मिलाउंदे गल फाइनल, ये डील करन दे तरीके नहीं हुंदे। जां तां भगवंत मान साहब काली करके गल कहण च भी भाई BMW वाले प्लांट लाउणगे पंजाब च, ते जां फिर गुणा घटाओ कुछ कु मिंटां घंटिया दे विच उन्होंने कर लिया BMW वाले ने, ते उन्होंने इसे करके गल कही भी भाई ना असी तां नहीं लाउणा जी प्लांट। जी बिल्कुल, कुछ भी हो सकता है। खैर आपां पंजाब दे माहौल दी गल करदे हां जी, इस वेले चिंताजनक जिहा माहौल बनिया होया। हुण तां गैंगस्टरां दे जिहड़े ग्रुप ने एक दूजे नूं चैलेंज करन लग गए। बंबीहा ग्रुप ने कहिंदे गोल्डी बराड़ नूं चैलेंज कीता हुण। देखो जी पहली गल तो यह है भी गैंगस्टर लगातार पंजाब दे विच अगे तो अगे वध रहे हैं, ते सिद्धू मूसेवाला दे कतलकांड तो बाद पंजाब दे विच पोस्टां दे उत्ते गैंगस्टर धमकी दिंदे आ, कदे गोल्डी बराड़ गैंग है जिहड़ा वो धमकी दिंदा बंबीहा ग्रुप नूं, कदे बंबीहा गैंग है जिहड़ा वो पा के पोस्ट जी ते गोल्डी बराड़ ते लानस बिश्नोई नूं धमकी दिंदा। हुण पिछे जे आपां खबर सांझी कीती सी भी केंद्र दीआं एजेंसियां दे वल्लों इह गल आखी गई है भी पंजाब दे विच गैंगवार दा खतरा हैगा, सो इस करके पंजाब दी पुलिस चौकसी वरते, ये भी गल गोच ध्यान गोच रहे है। पर उस तो अगली गल है भी कल बंबीहा गैंग दे वल्लों एक पोस्ट पाई गई है, उहदे विच गोल्डी बराड़ नूं चैलेंज किया गया भी जेकर तू असल मर्द है तो पंजाब दे विच आ ते आमो सामना मुकाबला करके वेने भी कौन की कर सकता, तू उत्थे लुकिया बैठा तू एक बंदा मरवाता बेकसूर, सिद्धू मूसे वाले नूं सिर्फ इस करके मरवाता भी भाई साडा नां होवे साडा नां वड्डा बने। सो इस करके उन्होंने गल कही है भी भाई वापस आ ते फिर मुकाबला करदे आ, ते उन्हें यह भी गल कही है पोस्ट दे विच बमीहा गैंग ने भी भाई साडा सिद्धू दे नाल कोई बहुता तलक नहीं सीगा पर इन्हां ने बेकसूर बंदा मारता, इन्हां ने सिर्फ आपदी चढ़त दी खातर बंदा मारता ते असी इदां दे बंदियां नूं बख्शदे नहीं, साडा किसे नाल कोई वैर नहीं हैगा नवें नाल, पर जिन्हां नाल साडा वैर आ ते उह असी वैर निभाउणे वी आ ते असी चैलेंज करदे हां भी असी बदला लवांगे सिद्धू मूसे वाले दे कतल दा। सो पोस्टां दे राहीं लगातार इदां दीआं चुनौतियां दित्तियां जा रहीआं, पर सिद्धू मूसे वाले दे पिता ने गल कही है कि जेकर पहले हफ्ते दे विच अक्तूबर दे पहले हफ्ते दे विच गोल्डी बराड़ नूं भारत दे विच ना लिआंदा गया तां फिर असीं तिखा संघर्ष करन वास्ते मजबूर होवांगे। देखो इक बाप दे जज्बात नूं असीं समझदे हां, असीं चाहुंदे जी कि इस मसले दा हल छेती निकले, पर इह गल बड़ी साफ ते स्पष्ट आ भी भाई गोल्डी बराड़ नूं इदां भारत दे विच वापस लिआउणा सौखा नहीं, साडे सब दे सामने आ भी विजय माल्या रुपये लैके भज गया किहड़ा भारत दी सरकार वापस लै आई है, बाकी जिहड़े भज्जे उहनां नूं किन्ना कु वापस लै आई है,
ਗੋਲਡੀ ਬਰਾੜ ਦੇ ਬਾਰੇ ਤਾਂ ਇਹ ਵੀ ਨਹੀਂ ਪਤਾ ਵੀ ਕੀ ਉਹ ਕੈਨੇਡਾ ਦੇ ਵਿੱਚ ਹੀ ਜਾਂ ਕੈਨੇਡਾ ਦੇ ਵਿੱਚੋਂ ਕਿਸੇ ਹੋਰ ਥਾਂ ਤੇ ਚਲਾ ਗਿਆ। ਕੈਨੇਡਾ ਕਿਹੜਾ ਵੀ ਭਾਈਚੜੀ ਦੇ ਪਹੁੰਚੋ ਜਿੱਡਾ ਉਹ ਕੈਨੇਡਾ ਦੇ ਕਿਹੜੇ ਹਿੱਸੇ ਦੇ ਵਿੱਚ ਹੈ ਵੀ ਨਹੀਂ ਪਤਾ। ਅਸੀਂ ਜਿਹੜੀਆਂ ਫੋਟੋਆਂ ਦੇਖਦੇ ਉਹ ਤਾਂ ਕਈ ਸਾਲ ਪੁਰਾਣੀਆਂ ਦੇਖਦੇ ਮੀਡੀਆ ਦੇ ਵਿੱਚ, ਉਹ ਕਿਹੜੇ ਹੁਲੀਏ ਦੇ ਵਿੱਚ ਆ, ਕਿਹੜੇ ਭੇਸ ਦੇ ਵਿੱਚ ਆ, ਉਹ ਕੀ ਪਤਾ ਹੁਣ ਕਿਵੇਂ ਰਹਿ ਰਿਹਾ, ਇਹ ਵੀ ਨਹੀਂ ਕਿਸੇ ਨੂੰ ਪਤਾ। ਸੋ ਬਹੁਤ ਸਾਰੀਆਂ ਗੱਲਾਂ, ਉਹ ਜਿੱਥੇ ਵੀ ਰਹਿੰਦਾ ਉਹ ਗੋਲਡੀ ਬਰਾੜ ਬਣ ਕੇ ਰਹਿੰਦਾ ਹੋਊਗਾ ਜਾਂ ਗੋਲਡੀ ਬਰਾੜ ਉਹਨੇ ਆਪਦਾ ਝੂਠਾ ਨਾਂ ਦੱਸ ਕੇ ਪ੍ਰਚਾਰ ਕੀਤਾ, ਸਾਨੂੰ ਇਹ ਵੀ ਨਹੀਂ ਪਤਾ। ਸੋ ਜੇਕਰ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਭਾਈ ਗੋਲਡੀ ਬਰਾੜ ਛੇਤੀ ਆ ਜਾਊਗਾ, ਉਹਨੂੰ ਏਦਾਂ ਲਿਆਂਦਾ ਨਹੀਂ ਜਾ ਸਕਦਾ, ਉਹਦੀ ਕਿਹੜਾ ਕੋਈ ਪਛਾਣ ਹੈਗੀ ਆ। ਜੇਕਰ ਆਪਾਂ ਕਹਿੰਦੇ ਵੀ ਭਾਈ ਉਹ ਪਛਾਣਿਆ ਚਿਹਰਾ ਵੀ ਭਾਈ ਆਹ ਗੋਲਡੀ ਬਰਾੜ ਆ, ਮੀਡੀਆ 'ਚ ਫੋਟੋਆਂ ਆਉਂਦੀਆਂ, ਤੇ ਕੀ ਤੁਹਾਡਾ ਖਿਆਲ ਆ ਵੀ ਉਵੇਂ ਹੀ ਰਹਿ ਰਿਹਾ ਹੋਊਗਾ? ਕੀ ਉਹਦੇ ਬਾਰੇ ਕਿਸੇ ਨੂੰ ਪਤਾ ਹੈ ਵੀ ਉਹ ਟੋਰਾਂਟੋ ਰਹਿੰਦਾ, ਉਹ ਕੈਲਗਰੀ ਰਹਿੰਦਾ, ਉਹ ਐਡਮਿੰਟਨ ਰਹਿੰਦਾ, ਉਹ ਵਿਨੀਪੈਗ ਰਹਿੰਦਾ, ਉਹ ਓਟਵਾ ਰਹਿੰਦਾ, ਉਹ ਰਹਿੰਦਾ ਕਿੱਥੇ ਆ, ਕਿਸੇ ਨੂੰ ਕੁਝ ਵੀ ਨਹੀਂ ਪਤਾ। ਸੋ ਇਸ ਕਰਕੇ ਹੈ ਜੀ ਕਿ ਉਹ ਕਿਸੇ ਇੱਕ ਥਾਂ ਤੇ ਨਹੀਂ ਹੋਊਗਾ। ਇਹ ਵੀ ਹੋ ਸਕਦਾ ਵੀ ਭਾਈ ਉਹ ਜਦੋਂ ਰੌਲਾ ਵੱਧ ਗਿਆ ਤੇ ਫਿਰ ਉਹ ਕੈਨੇਡਾ ਛੱਡ ਕੇ ਕਿਸੇ ਹੋਰ ਥਾਂ ਤੇ ਚਲਾ ਗਿਆ ਹੋਵੇ। ਸੋ ਇਹਦੇ ਬਾਰੇ ਤਾਂ ਨਾ ਪੁਲਿਸ ਨੂੰ, ਨਾ ਸਾਈਬਰ ਸੈੱਲ ਨੂੰ, ਨਾ ਗ੍ਰਹਿ ਵਿਭਾਗ ਨੂੰ, ਨਾ ਕਿਸੇ ਨੂੰ ਛੋਟੇ ਵੱਡੇ ਨੂੰ, ਕਿਸੇ ਨੂੰ ਕੁਛ ਵੀ ਨਹੀਂ ਪਤਾ ਗਾ। ਸੋ ਇਸ ਕਰਕੇ ਇੰਨੀ ਜਲਦੀ ਉਹਨੂੰ ਵਾਪਸ ਲਿਆਂਦਾ ਜਾ ਸਕਣਾ ਇਹ ਕੋਈ ਸੌਖਾ ਕੰਮ ਨਹੀਂ ਹੈਗਾ ਜੀ। ਬਿਲਕੁਲ ਸਰ। ਉਧਰ ਦੂਸਰੇ ਬੰਨੇ ਗਾਇਕ ਜੀ ਖਾਨ, ਇਹਨਾਂ ਨਾਲ ਜੁੜੀ ਹੋਈ ਖਬਰ ਅੱਗੇ ਵੀ ਆਪਾਂ ਸਾਡੇ ਵਾਲਾ ਰੇਡੀਓ ਦੇ ਉੱਪਰ ਸਾਂਝੀ ਕੀਤੀ ਸੀ, ਹੁਣ ਕਹਿੰਦੇ ਇਹਨਾਂ ਦੇ ਉੱਪਰ ਪਰਚਾ ਦਰਜ ਹੋ ਗਿਆ ਜੀ। ਹਾਂ ਬਿਲਕੁਲ ਜੀ, ਜੀ ਖਾਨ ਹੋਵੇ ਜਾਂ ਕੋਈ ਹੋਰ ਹੋਵੇ, ਤੇ ਬਸ ਬੇਨਤੀ ਸਿਰਫ ਇੰਨੀ ਕਰਨੀ ਬਣਦੀ ਹੈ ਬਈ ਉਹਨਾਂ ਨੂੰ ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਉਹ ਕਈ ਵਾਰ ਹੋਛੇ ਮਤ ਦੇ ਵਿੱਚ ਕਰ ਜਾਂਦੇ ਆ, ਜਾਂ ਜਿਹੜੇ ਥੋੜੀ ਜਿਹੀ ਘੱਟ ਤਜਰਬੇ ਹੋਣ ਦੇ ਕਰਕੇ ਤੇ ਕੁਝ ਵੀ ਬੋਲ ਜਾਂਦੇ, ਉਹਨਾਂ ਨੂੰ ਬੋਲਣ ਤੋਂ ਗੁਰੇਜ਼ ਕਰਨਾ ਚਾਹੀਦਾ। ਬੰਦਾ ਕਿਸੇ ਵੀ ਪ੍ਰੋਗਰਾਮ ਤੇ ਕਲਾਕਾਰ ਜਾਵੇ, ਉਹਨੂੰ ਉੱਥੋਂ ਦੇ ਮਾਹੌਲ ਮੁਤਾਬਕ, ਮਿਜਾਜ਼ ਦੇ ਮੁਤਾਬਕ ਮੈਟਰ ਪੇਸ਼ ਕਰਨਾ ਚਾਹੀਦਾ। ਜੇ ਉਹ ਧਾਰਮਿਕ ਪ੍ਰੋਗਰਾਮ ਤੇ ਗਿਆ ਤਾਂ ਉਹਨੂੰ ਧਾਰਮਿਕ ਗੀਤ ਗਾਉਣੇ ਚਾਹੀਦੇ ਆ, ਮੇਲੇ ਤੇ ਗਿਆ ਤਾਂ ਉਦਾਂ ਦੇ ਸੱਭਿਆਚਾਰਕ ਗਾਉਣੇ ਚਾਹੀਦੇ ਆ, ਵਿਆਹ ਤੇ ਗਿਆ ਤਾਂ ਫਿਰ ਬੰਦੇ ਕਿਸੇ ਕਹਿੰਦੇ ਵੀ ਭਾਈ ਖੜਕੇ ਦੜਕੇ ਵਾਲੇ ਗਾ, ਫਿਰ ਉਦਾਂ ਦੇ ਵੀ ਚੱਲਦੇ ਆ। ਕਿਸੇ ਕ੍ਰਾਂਤੀਕਾਰੀ ਮੇਲੇ ਤੇ ਗਿਆ, ਕਿਸੇ ਸ਼ਹੀਦ ਦੇ ਮੇਲੇ ਦੇ ਉੱਤੇ ਸਾਨੂੰ ਉਹੋ ਜਿਹੇ ਗੀਤ ਗਾਉਣੇ ਚਾਹੀਦੇ ਆ। ਪਰ ਗਣਪਤੀ ਵਿਸਰਜਨ ਸਮਾਗਮ ਦੇ ਵਿੱਚ ਗਿਆ ਲੁਧਿਆਣੇ ਦੇ ਵਿੱਚ ਜੀ ਖਾਨ, ਤੇ ਉਹਨੇ ਉੱਥੇ ਧਾਰਮਿਕ ਸਮਾਗਮ ਦੇ ਵਿੱਚ ਲੱਚਰ ਜਿਹੇ ਗੀਤ ਗਾ ਤੇ ਚੱਕਵੇਂ ਜਿਹੇ ਗੀਤ ਚਾਉਂਦੇ ਚਾਉਂਦੇ ਕਿ ਲਾ ਕੇ ਮੋਟੇ ਮੋਟੇ ਪੈਗ ਨਹੀਂ ਮੈਂ ਬੱਲੀਏ ਤੇ ਤੇਰੇ ਵਿੱਚ ਵੱਜਦਾ ਫਿਰਾਂ, ਫਿਰ ਉਹ ਕਹਿੰਦਾ ਚੋਲੀ ਕੇ ਪੀਛੇ ਕਿਆ ਹੈ। ਹੁਣ ਜਦੋਂ ਉਹਨੇ ਇਹ ਗੀਤ ਧਾਰਮਿਕ ਪ੍ਰੋਗਰਾਮ ਦੇ ਵਿੱਚ ਗਾਤੇ ਤਾਂ ਫਿਰ ਜਿਹੜੀ ਸ਼ਿਵ ਸੈਨਾ ਉਹਨੇ ਵਿਰੋਧ ਕੀਤਾ, ਸ਼ਿਕਾਇਤ ਦਰਜ ਕਰਵਾਤੀ ਤੇ ਲੰਘੇ ਕੱਲ ਜੀ ਖਾਨ ਦੇ ਉੱਤੇ ਤੇ ਉਸ ਪ੍ਰੋਗਰਾਮ ਦੇ ਪ੍ਰਬੰਧਕ ਦੇ ਉੱਤੇ, ਸਮਾਗਮ ਦੇ ਪ੍ਰਬੰਧਕ ਦੇ ਉੱਤੇ, ਮੇਰਾ ਖਿਆਲ ਉਹਦਾ ਨਾਂ ਹਨੀ ਬੇਦੀ ਆ, ਇਹਨਾਂ ਦੋਹਾਂ ਦੇ ਉੱਤੇ ਪਰਚਾ ਦਰਜ ਹੋ ਗਿਆ। ਜੀ ਖਾਨ ਨੇ ਇਸ ਗੱਲ ਤੋਂ ਖੜਾ ਛੁਡਵਾਉਣ ਦੇ ਲਈ ਸੋਸ਼ਲ ਮੀਡੀਆ ਤੇ ਮਾਫ਼ੀ ਵੀ ਮੰਗੀ ਸੀ ਪਰ ਉਹਨੂੰ ਮਾਫ਼ ਨਹੀਂ ਕੀਤਾ ਗਿਆ। ਸੋ ਜੀ ਖਾਨ ਦੀ ਮੁਸ਼ਕਲ ਦੇ ਵਿੱਚ ਵਾਧਾ ਹੋਇਆ। ਚਲੋ ਅਸੀਂ ਚਾਹੁੰਦੇ ਜੀ ਕਿ ਉਹ ਮੁਸ਼ਕਲ ਦੇ ਵਿੱਚੋਂ ਨਿਕਲੇ, ਪਰ ਕਲਾਕਾਰਾਂ ਨੂੰ ਬੇਨਤੀ ਹੈ ਵੀ ਜਦੋਂ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਜਾਂਦੇ ਆ ਨਾ, ਤੇ ਜਿਹੜੇ ਮੂਹਰੇ ਹੁੰਦੇ ਆ 20-25 ਘੜਮ ਚੌਧਰੀ ਜੇ, ਛਿਲਾਰੂ ਜੇ, ਉਹ ਕਹਿੰਦੇ ਹੁੰਦੇ ਵੀ ਆਹ ਗੀਤ ਗਾ, ਆਹ ਗੀਤ ਗਾ, ਉਹ ਤਾਂ ਲਾ ਕੇ ਉਂਗਲ ਨਿਕਲ ਜਾਂਦੇ ਆ, ਪਰ ਜਿਹੜਾ ਗਾਉਣ ਵਾਲਾ ਉਹ ਤਾਂ ਫਸ ਗਿਆ ਨਾ। ਹੁਣ ਪਤਾ ਹੈ ਵੀ ਕਿਹਦੇ ਕਹਿਣ ਦੇ ਉੱਤੇ, ਕਿਹੜੀ ਫਰਮਾਇਸ਼ ਦੇ ਉੱਤੇ ਗੀਤ ਗਾਇਆ ਸੀ ਇਹ। ਸੋ ਬੰਦੇ ਦੇ ਕੋਲ ਮੈਟਰ ਭਰਪੂਰ ਹੋਣਾ ਚਾਹੀਦਾ, ਮੌਕੇ ਦੇ ਮੁਤਾਬਕ ਮੈਟਰ ਗਾਉਣਾ ਚਾਹੀਦਾ ਤੇ ਤਾਂ ਗੱਲ ਬਣਦੀ, ਨਹੀਂ ਤਾਂ ਰੌਲਾ ਐਵੇਂ ਪੈਂਦਾ ਜਿਵੇਂ ਹੁਣ ਜੀ ਖਾਨ ਦਾ ਪਿਆ ਜੀ। ਜੀ 100% ਤੁਹਾਡੀ ਗੱਲ ਸਹੀ ਹੈ ਤੇ ਅਸੀਂ ਸਹਿਮਤ ਹਾਂ ਇਸ ਗੱਲ ਦੇ ਨਾਲ। ਖੈਰ ਅੱਗੇ ਵੱਧਦੇ ਹਾਂ ਜੀ, ਹਾਈ ਕੋਰਟ ਦੀ ਗੱਲ ਕਰਦੇ ਹਾਂ। ਹਾਈ ਕੋਰਟ ਦੇ ਵੱਲੋਂ ਨਵੀਂ ਮਾਈਨਿੰਗ ਨੀਤੀ ਦੇ ਉੱਪਰ ਰੋਕ ਲਗਾ ਦਿੱਤੀ ਗਈ ਹੈ। ਹਾਂ ਬਿਲਕੁਲ ਜੀ, ਮਾਣਯੋਗ ਪੰਜਾਬ ਤੇ ਰਹਿਣਾ, ਹਾਈ ਕੋਰਟ ਦੇ ਵੱਲੋਂ ਨਵੀਂ ਮਾਈਨਿੰਗ ਨੀਤੀ ਦੇ ਉੱਤੇ ਕੱਲ੍ਹ ਰੋਕ ਲਾ ਦਿੱਤੀ ਗਈ ਹੈ, ਕਿਉਂਕਿ ਪੰਜਾਬ ਦੀ ਸਰਕਾਰ ਨਵੀਂ ਮਾਈਨਿੰਗ ਨੀਤੀ ਲੈ ਕੇ ਆਉਣਾ ਚਾਹੁੰਦੀ ਹੈ। ਹਾਈ ਕੋਰਟ ਕਹਿੰਦੇ ਨਹੀਂ, ਤੁਸੀਂ ਪਹਿਲਾਂ ਪੁਰਾਣੀ ਗੱਲ ਕਰੋ। ਇਸ ਤੋਂ ਪਹਿਲਾਂ ਪਰਸੋਂ ਦੀ ਖਬਰ ਆ ਜਿਹੜੀ, ਉਹ ਇਹ ਜੀ ਕਿ ਆਟਾ ਜਿਹੜਾ ਘਰ ਘਰ ਪਹੁੰਚਾਉਣ ਦੀ ਸਕੀਮ ਸੀਗੀ ਪੰਜਾਬ ਦੀ ਸਰਕਾਰ ਦੀ, ਉਹਦੇ ਉੱਤੇ ਰੋਕ ਲਾ ਤੀ, ਕਿਉਂਕਿ ਡਿਪੂ ਹੋਲਡਰਾਂ ਨੇ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ। ਸੋ ਦੋ ਝਟਕੇ ਅੱਗੜ ਪਿਛੜ ਲੱਗੇ ਪੰਜਾਬ ਦੀ ਸਰਕਾਰ ਨੂੰ ਉਹਦਾ। ਵੈਸੇ ਮੈਂ ਤੁਹਾਨੂੰ ਦੱਸਦਾ ਵੀ ਲੰਘੇ ਕੱਲ੍ਹ ਨਾ ਮੈਨੂੰ ਸਵੇਰੇ ਸਵੇਰੇ ਇੱਕ ਬੰਦੇ ਦਾ ਤਰਨ ਤਾਰਨ ਤੋਂ ਫੋਨ ਆਇਆ। ਉਹ ਮੈਨੂੰ ਕਹਿੰਦਾ ਬਾਈ ਜੀ ਕਿ ਗੱਲ ਇਹ ਅਸਲ ਦੇ ਵਿੱਚ ਕਿ ਅਸੀਂ ਨਾ 2 ਕੁ ਸਾਲ ਪਹਿਲਾਂ ਕਮਰਾ ਪਾਇਆ ਸੀ ਤੇ ਉਦੋਂ ਮਿਲੀ ਸੀ ਸਾਨੂੰ 2200 ਦੀ ਟਰਾਲੀ ਰੇਤ ਦੀ, ਤੇ ਹੁਣ ਕਹਿੰਦੇ ਅਸੀਂ ਇੱਕ ਕਮਰਾ ਹੋਰ ਪਾ ਰਹੇ ਹਾਂ, ਵੀ ਚਲੋ 4 ਪੈਸੇ ਆਏ ਤੇ ਕਮਰਾ ਹੋਰ ਪਾ ਲਈਏ। ਤੇ ਕਹਿੰਦਾ ਜੀ ਹੁਣ ਸਾਨੂੰ ਉਹੀ ਟਰਾਲੀ ਆ ਜਿਹੜੀ ਉਹ 7700 ਰੁਪਏ ਦੀ ਜਾਂ 7500 ਰੁਪਏ ਦੀ ਮਿਲ ਰਹੀ ਆ। ਉਹ ਕਹਿੰਦਾ ਜੀ ਭੱਠਿਆਂ ਦਾ ਕੰਮ ਦਾ ਵੀ ਭੱਠਾ ਬੈਠਾ ਪਿਆ ਤੇ ਇਸ ਵੇਲੇ ਭੱਠੇ ਦੀ ਇੱਟ ਆ ਜਿਹੜੀ ਉਹ 6400 ਰੁਪਈਆ ਹੋਈ ਪਈ ਹੈ, 6400 ਰੁਪਈਏ ਨੂੰ 1000 ਇੱਟ, ਮਤਲਬ ਇਹ ਆ ਵੀ 6 ਰੁਪਈਏ ਤੇ 40 ਪੈਸੇ ਦੀ 1 ਇੱਟ ਹੋ ਗਈ ਆ। ਸੋ ਮੈਂ ਸੋਚਦਾ ਜੀ ਕਿ ਇਸ ਹਾਲਾਤ ਦੇ ਵਿੱਚ ਬੰਦਾ ਆਪਦਾ ਘਰ ਕਿਵੇਂ ਪਾਊਗਾ, ਉਹਦਾ ਜਲੂਸ ਕਿਉਂ ਨਾ ਨਿਕਲੂਗਾ। ਸੋ ਸਰਕਾਰ ਨੂੰ ਭਾਈ ਆਪਦੀਆਂ ਨੀਤੀਆਂ ਆਪਦੀਆਂ ਪੋਲਿਸੀਆਂ ਸਹੀ ਕਰਨੀਆਂ ਚਾਹੀਦੀਆਂ। ਮੈਨੂੰ ਤਾਂ ਕਦੇ ਕਦੇ ਇਉਂ ਲੱਗਣ ਲੱਗ ਜਾਂਦਾ ਵੀ ਇੱਕ ਕਾਂਗਰਸੀ ਨੇਤਾ ਨਾਲ ਮੇਰੀ ਗੱਲ ਹੋਈ ਸੀ ਕੁਝ ਕੁ ਮਹੀਨੇ ਪਹਿਲਾਂ, 4 ਕੁ ਮਹੀਨੇ ਪਹਿਲਾਂ, ਉਹਨੇ ਗੱਲ ਕਹੀ ਸੀ ਵੀ ਬਾਈ ਜੀ ਤੁਸੀਂ 1 ਸਾਲ ਦੇ ਵਿੱਚ ਦੇਖਿਓ ਪੰਜਾਬ ਦਾ ਹਰ ਵਰਗ ਸੜਕਾਂ ਦੇ ਉੱਤੇ ਆ ਜਾਣਾ ਇਹਨਾਂ ਦੀਆਂ ਪੋਲਿਸੀਆਂ ਕਰਕੇ।
ਮੈਂ ਉਹਦੀ ਗੱਲ ਨੂੰ ਟੀਚਰ ਜੀ ਮੰਨਿਆ। ਮੈਂ ਕਿਹਾ ਯਾਰ ਐਵੇਂ ਮਰੀ ਜਾਂਦੇ ਆ, ਇਹ ਵਿਰੋਧ ਦੇ ਵਿੱਚ ਆ ਨਾ, ਇਸ ਕਰਕੇ ਇਹਨਾਂ ਨੂੰ ਆਹੀ ਲੱਗਦਾ ਵੀ ਭਾਈ ਸਾਰੇ ਪਿੱਟ ਸਿਆਪੇ ਹੀ ਪਏ ਰਹਿਣ। ਪਰ ਹੁਣ ਮੈਨੂੰ ਇਹ ਲੱਗਦਾ ਜੀ ਕਿ ਉਹ ਗੱਲਾਂ ਕਿਤੇ ਸੱਚੀ ਨਾ ਕਹਿੰਦਾ ਹੋਵੇ, ਕਿਉਂਕਿ ਜਿਸ ਤਰੀਕੇ ਦੇ ਹਾਲਾਤ ਬਣੀ ਜਾਂਦੇ ਆ, ਮੈਨੂੰ ਕੋਈ ਵਰਗ ਸੰਤੁਸ਼ਟ ਨਜ਼ਰ ਬਹੁਤਾ ਆ ਨਹੀਂ ਰਿਹਾ ਜੀ। ਜੀ ਬਿਲਕੁਲ, ਹਰ ਪਾਸੇ ਗੱਲ ਵੀ ਇਹੀ ਹੋ ਰਹੀ ਹੈ ਜੀ। ਖੈਰ ਸਮਾਂ ਸਭ ਕੁਝ ਬਿਆਨ ਕਰ ਦੇਗਾ। ਹੁਣ ਭਾਰਤ ਦੀ ਗੱਲ ਕਰਦੇ ਹਾਂ, ਭਾਰਤ ਦੇ ਵਿੱਚ ਕਹਿੰਦੇ ਇਲੈਕਟ੍ਰਿਕ ਹਾਈਵੇਜ਼ ਬਣਨਗੇ ਬਹੁਤ ਜਲਦੀ। ਦੇਖੋ ਮੈਨੂੰ ਨਾ ਇਸ ਖਬਰ ਦੇ ਉੱਤੇ ਹਾਸਾ ਬਹੁਤ ਆਇਆ, ਕਿਉਂਕਿ ਮੈਨੂੰ ਐਂ ਲੱਗਦਾ ਵੀ ਇਸ ਵੇਲੇ ਭਾਰਤ ਦੇ ਵਿੱਚ ਪਹਿਲਾਂ ਤਾਂ ਉਹ ਕੁਝ ਕਰਨਾ ਚਾਹੀਦਾ ਜਿਹਦੇ ਨਾਲ ਬੰਦੇ ਦੀ ਰੋਟੀ ਚੱਲੇ, ਜਿਹੜੇ ਗਰੀਬ ਦਾ ਮਸਲਾ ਹੱਲ ਹੋਵੇ। ਮੈਨੂੰ ਉਹ ਵੀ ਗੱਲ ਚੇਤੇ ਆਉਂਦੀ ਹੈ ਵੀ ਜਦੋਂ ਭਾਰਤ ਦੇ ਵਿੱਚ ਬੁਲਟ ਟ੍ਰੇਨ ਚਲਾਉਣ ਦੇ ਮਸਲੇ ਚੱਲੇ, ਵੀ ਬੁਲਟ ਟ੍ਰੇਨ ਚੱਲ ਪਈ ਸਮਝ ਲਓ, ਬੁਲਟ ਟ੍ਰੇਨ ਚੱਲ ਪਈ ਸਮਝ ਲਓ, ਚੱਲੀ ਲਓ ਚੱਲੀ ਲਓ, ਉਦੋਂ ਸ਼ੀ ਜਿਨਪਿੰਗ ਦੇ ਨਾਲ ਗੀਟੀਆਂ ਸੀਟੀਆਂ ਵੀ ਰਲ ਗਈਆਂ ਸੀ ਵੀ ਭਾਈ ਇੱਥੇ ਚੱਲਣੀ ਚੱਲਣੀ ਹੈ ਭਾਰਤ ਦੇ ਵਿੱਚ ਬੁਲਟ ਟ੍ਰੇਨ। ਪਰ ਮੈਂ ਉਦੋਂ ਵੀ ਗੱਲ ਕਹਿੰਦਾ ਸੀ ਵੀ ਬੁਲਟ ਟ੍ਰੇਨ ਬਾਅਦ 'ਚ ਚਲਾ ਲਿਓ, ਪਹਿਲਾਂ ਫਾਟਕਾਂ ਦਾ ਪ੍ਰਬੰਧ ਤਾਂ ਕਰ ਲਓ, ਜਿਹੜੇ ਫਾਟਕਾਂ ਦੇ ਉੱਤੇ ਟ੍ਰੇਨ ਜਿਹੜੀ ਆ ਉਹ ਲੰਘਦੀ ਆ ਫਾਟਕਾਂ ਦੇ ਵਿੱਚ ਦੀ, ਉਹਦੇ ਉੱਤੇ ਪੁਲ ਬਣਾਉਣ ਦਾ ਕੰਮ ਤਾਂ ਕਰ ਲਓ। ਫਾਟਕ ਲੱਗ ਜਾਂਦੇ ਚਾਰ ਚਾਰ ਟ੍ਰੇਨਾਂ ਲੰਘਾ ਕੇ, ਤੇ ਉਦੋਂ ਫੇਰ ਫਾਟਕ ਖੋਲ੍ਹੇ ਜਾਂਦੇ, ਉਦੋਂ ਤੱਕ ਇੰਨੀ ਭੀੜ ਹੋ ਜਾਂਦੀ ਹੈ ਤੇ ਭੀੜ ਹਾਲੇ ਨਿਕਲੀ ਨਹੀਂ ਹੁੰਦੀ, ਤੇ ਇੱਕ ਵਾਰੀ ਫਾਟਕ ਫੇਰ ਸੁੱਟ ਦਿੰਦੇ ਆ ਵੀ ਕਦੇ ਇਹਨਾਂ ਮਸਲਿਆਂ ਦਾ ਹੱਲ ਤਾਂ ਕਰ ਲਓ। ਭਾਰਤ ਦੇ ਵਿੱਚ ਕਿੰਨੇ ਫਾਟਕ ਆ ਜਿਹੜੇ ਕਿ ਮਨੁੱਖ ਰਹਿਤ ਆ, ਜਿੱਥੇ ਹਾਦਸੇ ਵਾਪਰਦੇ, ਇਹਦੇ ਬਾਰੇ ਤਾਂ ਪ੍ਰਬੰਧ ਕਰ ਲਓ। ਸੋ ਬੁਲਟ ਟ੍ਰੇਨ ਤਾਂ ਗਾਇਬ ਹੋ ਗਈ ਗਧੇ ਦੇ ਸਿੰਗਾਂ ਵਾਂਗੂ, ਪਤਾ ਨਹੀਂ ਕੀ ਬਣਿਆ ਉਹਦਾ। ਪਰ ਹੁਣ ਕੱਲ੍ਹ ਨਿਤਿਨ ਗਡਕਰੀ ਸਾਹਿਬ ਨੇ ਨਵੀਂ ਗੱਲ ਕਹਿ ਦਿੱਤੀ, ਉਹ ਕਹਿੰਦੇ ਜੀ ਗੱਲ ਅਸਲ ਦੇ ਵਿੱਚ ਇਹ ਆ ਵੀ ਬਹੁਤ ਜਲਦ ਭਾਰਤ ਦੇ ਵਿੱਚ ਇਲੈਕਟ੍ਰਿਕ ਹਾਈਵੇ ਦਾ ਪ੍ਰਬੰਧ ਕੀਤਾ ਜਾ ਰਿਹਾ, ਟ੍ਰਾਇਲ ਇਹਦੇ ਬਾਬਤ ਚੱਲ ਰਿਹਾ। ਉਹ ਕਹਿੰਦੇ ਵੀ ਜਿਹੜਾ ਇਹ ਇਲੈਕਟ੍ਰਿਕ ਹਾਈਵੇ ਆ ਨਾ, ਇਹਦੇ ਉੱਤੇ ਹੈਵੀ ਵਹੀਕਲ ਚੱਲਿਆ ਕਰਨਗੇ, ਮੰਨ ਲਓ ਬੱਸ ਜਾ ਰਹੀ ਆ, ਟਰੱਕ ਟਰਾਲਾ ਕਾਰ ਜਾ ਰਿਹਾ, ਤਾਂ ਉਹ ਜਦੋਂ ਜਾਂਦੇ ਹੋਣਗੇ ਸੜਕ ਦੇ ਉੱਤੇ ਤਾਂ ਜਾਂਦੇ ਜਾਂਦੇ ਹੀ ਉਹ ਚਾਰਜ ਹੋ ਜਾਇਆ ਕਰਨਗੇ। ਇਹ ਬੈਟਰੀ ਨੁਮਾ ਵਾਹਨਾਂ ਵਾਸਤੇ ਇਹ ਇਲੈਕਟ੍ਰਿਕ ਹਾਈਵੇ ਹੋਊਗਾ, ਵੀ ਤੁਹਾਡਾ ਸਮਾਂ ਨਾ ਬਰਬਾਦ ਹੋਵੇ, ਵੀ ਤੁਸੀਂ ਇੱਕ ਥਾਂ 'ਤੇ ਖੜ੍ਹ ਕੇ ਆਪਦੀ ਬੈਟਰੀ ਚਾਰਜ ਕਰੋ। ਉਹ ਕਹਿੰਦੇ ਵੀ ਬਸ ਤੁਰੀ ਜਾਂਦੀ ਗੱਡੀ ਚਾਰਜ ਹੋ ਜਾਇਆ ਕਰਨੀ, ਅਸੀਂ ਇਹੋ ਜਿਹਾ ਪ੍ਰਬੰਧ ਕਰ ਰਹੇ ਹਾਂ। ਇਹ ਅਸਲ ਦੇ ਵਿੱਚ ਕੁਝ ਕੁ ਦੇਸ਼ਾਂ ਦੇ ਵਿੱਚ ਹੈਗਾ ਇੱਦਾਂ, ਭਾਰਤ ਦੇ ਵਿੱਚ ਜਿੱਥੇ ਟੋਇਆਂ ਦੇ ਵਿੱਚ ਸੜਕ ਲੱਭਦੀ ਆ, ਇਹ ਉੱਥੋਂ ਦਾ ਮਸਲਾ ਨਹੀਂ ਹੈਗਾ। ਪਰ ਇਹਦਾ ਮਤਲਬ ਇਹ ਹੈ ਜੀ ਕਿ ਜਿਵੇਂ ਨਾ ਟ੍ਰੇਨ ਹੁੰਦੀ ਹੈ ਜਿਹੜੀ ਬਿਜਲੀ 'ਤੇ ਚੱਲਣ ਵਾਲੀ, ਉਹਦੇ ਤਾਰਾਂ ਦੇ ਨਾਲ ਸੰਪਰਕ ਦੇ ਵਿੱਚ ਹੁੰਦੀ ਹੈ, ਉੱਤੋਂ ਉਹ ਡੰਡਾ ਜਿਹਾ ਉਹਦੇ ਨਾਲ ਲੱਗਦਾ ਆਉਂਦਾ ਹੁੰਦਾ ਤਾਰਾਂ ਦੇ ਨਾਲ, ਉਹਦੇ ਨਾਲ ਫਿਰ ਊਰਜਾ ਪੈਦਾ ਹੁੰਦੀ ਹੈ, ਬਿਜਲੀ ਦੇ ਨਾਲ ਸੰਚਾਰ ਹੁੰਦਾ, ਉਹ ਟ੍ਰੇਨ ਅੱਗੇ ਵੱਧਦੀ ਹੈ। ਇਹ ਕਹਿੰਦੇ ਬੈਟਰੀ ਇੱਦਾਂ ਚਾਰਜ ਹੋਇਆ ਕਰੂਗੀ ਤੁਰਦੀ ਜਾਂਦੀ ਗੱਡੀ 'ਤੇ। ਸੋ ਦੇਖੋ ਪਹਿਲੀ ਗੱਲ ਤਾਂ ਭਾਰਤ ਦੇ ਵਿੱਚ ਇਹ ਇਲੈਕਟ੍ਰਿਕ ਬੱਸਾਂ ਅਤੇ ਇਲੈਕਟ੍ਰਿਕ ਟਰੱਕ ਸਾਡੇ ਜਿਉਂਦੇ ਜੀ ਆ ਜਾਣਗੇ ਇਹ ਨਹੀਂ ਪਤਾ, ਜੇ ਸਾਡੇ ਜਿਉਂਦੇ ਜੀ ਆ ਗਏ ਤਾਂ ਇਲੈਕਟ੍ਰਿਕ ਹਾਈਵੇ ਬਣਿਆ ਹੋਊਗਾ ਸਾਨੂੰ ਇਹ ਨਹੀਂ ਪਤਾ, ਸਾਡੇ ਜਾਣ ਤੋਂ ਬਾਅਦ ਤਾਂ ਭਾਵੇਂ ਮਸਲੇ ਹੱਲ ਹੋ ਜਾਣ। ਪਹਿਲੀ ਗੱਲ ਤਾਂ ਸਾਡੇ ਜਿਉਂਦੇ ਜੀ ਸੜਕਾਂ ਵਿਚਲੇ ਟੋਏ ਭਰੇ ਜਾਣ, ਸੜਕਾਂ ਦੇ ਉੱਤੇ ਜਿਹੜੇ ਆ ਉਹ ਹਾਦਸੇ ਹੁੰਦੇ ਰੁਕ ਜਾਣ, ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਠ ਪੜਾਇਆ ਜਾਵੇ, ਅਤੇ ਜਿਹੜੇ ਨਹੀਂ ਪੜ੍ਹਦੇ ਤਾਂ ਉਹਨਾਂ ਦੀ ਥੋੜ੍ਹਾ ਜਿਹਾ ਖੜਕੈਂਤੀ ਵੀ ਕੀਤੀ ਜਾਵੇ, ਅਤੇ ਜਿਹੜੇ ਟੋਲ ਪਲਾਜ਼ਿਆਂ ਵਾਲੇ ਗੁੰਡਾਗਰਦੀ ਕਰਦੇ ਰੋਕੀ ਜਾਵੇ। ਪਹਿਲਾਂ ਤਾਂ ਇਹ ਮਸਲੇ ਹੱਲ ਹੋ ਜਾਣ, ਇਲੈਕਟ੍ਰਿਕ ਜਿਹੜੇ ਆ ਉਹ ਹਾਈਵੇ ਉਹ ਤਾਂ ਬਾਅਦ ਦੇ ਵਿੱਚ ਵੀ ਬਣ ਜਾਣਗੇ ਜੀ। ਜੀ ਬਿਲਕੁਲ ਸਹੀ ਕਹਿ ਰਹੇ ਹੋ। ਖੈਰ ਅੱਗੇ ਵੱਧਦੇ ਹਾਂ ਜੀ। ਕੁਈਨ ਐਲਿਜ਼ਾਬੈਥ 2 ਦੇ ਸੰਸਕਾਰ ਦੇ ਮੌਕੇ ਕਹਿੰਦੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੀ ਜਾ ਰਹੇ ਨੇ। ਬਿਲਕੁਲ ਜੀ ਬਿਲਕੁਲ, 27 ਤੋਂ ਲੈ ਕੇ ਸੋਰੀ 17 ਤੋਂ ਲੈ ਕੇ ਤੇ 19 ਤਰੀਕ ਤੱਕ, 17 ਤੋਂ 19 ਸਤੰਬਰ ਤੱਕ ਜਾ ਰਹੇ ਹੈਗੇ ਜੀ ਦ੍ਰੌਪਦੀ ਮੁਰਮੂ। ਇਹ ਐਲਿਜ਼ਾਬੈਥ, ਕੁਈਨ ਐਲਿਜ਼ਾਬੈਥ ਦੇ ਅੰਤਮ ਸੰਸਕਾਰ ਦੇ ਮੌਕੇ ਜਾ ਰਹੇ ਆ। ਤੇ ਦੂਜੀ ਗੱਲ ਇਹ ਜੀ ਕਿ 500 ਦੇ ਕਰੀਬ ਦੁਨੀਆਂ ਭਰ ਦੇ ਵਿੱਚੋਂ ਵੱਡੇ ਵੱਡੇ ਨੇਤਾ ਜਿਹੜੇ ਉਸ ਸੰਸਕਾਰ ਦੇ ਮੌਕੇ ਪਹੁੰਚ ਰਹੇ ਆ। ਦ੍ਰੌਪਦੀ ਮੁਰਮੂ ਹੁਣੇ ਹੁਣੇ ਕੁਝ ਕੁ ਹਫ਼ਤੇ ਪਹਿਲੇ ਆਪਾਂ ਜਾਣਦੇ ਕਿ ਰਾਸ਼ਟਰਪਤੀ ਬਣੇ ਨੇ ਭਾਰਤ ਦੇ, ਤੇ ਰਾਸ਼ਟਰਪਤੀ ਬਣਨ ਤੋਂ ਬਾਅਦ ਦ੍ਰੌਪਦੀ ਮੁਰਮੂ ਦਾ ਇਹ ਪਹਿਲਾ ਵਿਦੇਸ਼ੀ ਦੌਰਾ ਹੈਗਾ ਜੀ। ਜੀ ਬਿਲਕੁਲ ਸਹੀ। ਖੈਰ ਉਧਰ ਦੂਸਰੇ ਬੰਨੇ ਚਾਣਾ ਸਾਹਿਬ ਇੱਕ ਹੋਰ ਖਬਰ ਜਿਹੜੀ ਹੈ ਉਹ ਸਾਹਮਣੇ ਆਈ ਹੈ ਜੀ। ਕਹਿੰਦੇ ਸੀਤਾਰਾਮ ਯੇਚੁਰੀ ਹੋਰੀ ਕਹਿੰਦੇ ਨੇ ਕਿ ਭਾਜਪਾ ਨੂੰ ਮਿਲ ਕੇ ਟੱਕਰ ਦੇਵਾਂਗੇ ਅਸੀਂ। ਦੇਖੋ ਜੀ ਇਹ ਚੋਣਾਂ ਤੋਂ ਪਹਿਲਾਂ ਇਹ ਸਾਰੇ ਇੱਦਾਂ ਹੀ ਕਹਿੰਦੇ ਆ, ਤੇ ਚੋਣਾਂ ਜਦੋਂ ਨੇੜੇ ਆਉਂਦੀਆਂ ਤਾਂ ਸਾਰੇ ਹੀ ਲੜ ਪੈਂਦੇ ਆ। ਅੱਜ ਤੱਕ ਤਾਂ ਅਸੀਂ ਇਹੀ ਦੇਖਿਆ, ਉਦੋਂ ਰਾਏ ਬਦਲ ਜਾਂਦੀ ਹੈ, ਪਹਿਲਾਂ ਰਾਏ ਹੋਰ ਹੁੰਦੀ ਹੈ। ਸੋ ਐਤਕੀ ਇਹ ਇਕੱਠੇ ਹੋ ਕੇ ਲੜਨਗੇ ਇਹ ਵਕਤ ਦੱਸੂਗਾ, ਹਾਲੇ 1.5-2 ਵਰੇ ਪਹਿਲਾਂ ਤਾਂ ਆਪਾਂ ਨਹੀਂ ਕਹਿ ਸਕਦੇ ਵੀ ਇਕੱਠੇ ਹੋਣਗੇ, ਸਿਰਾ ਲਾ ਲੈਣਗੇ, ਕੋਕੇ ਜੜ ਦੇਣਗੇ, ਇਦਾਂ ਦੀ ਗੱਲ ਨਹੀਂ। ਪਰ ਗੱਲ ਇਹ ਵੀ ਇਸ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਕਿਹਾ ਸੀ ਵੀ ਇਕੱਠੇ ਹੋ ਕੇ ਚੋਣ ਲੜਾਂਗੇ, 2024 'ਚ ਬੀਜੇਪੀ ਨੂੰ ਹਰਾਵਾਂਗੇ। ਹੁਣ ਜਿਹੜੇ ਭਾਰਤੀ ਕਮਿਊਨਿਸਟ ਪਾਰਟੀ ਜਿਹੜੀ ਆ ਮਾਰਕਸਵਾਦੀ, ਉਹਦੇ ਜਿਹੜੇ ਜਨਰਲ ਸਕੱਤਰ ਆ ਸੀਤਾਰਾਮ ਯੇਚੁਰੀ, ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਬੀਜੇਪੀ ਨੂੰ ਹਰਾਉਣ ਵਾਸਤੇ ਸਾਰੀਆਂ ਧਿਰਾਂ ਇਕਜੁੱਟ ਹੋਣਗੀਆਂ ਤੇ ਹੋ ਗਈਆਂ, ਤੇ ਅਸੀਂ ਬੀਜੇਪੀ ਨੂੰ ਹਰਾ ਕੇ ਐਤਕੀ ਦਮ ਲਵਾਂਗੇ। ਤੇ ਦੇਖੋ ਵਕਤ ਦੱਸੂਗਾ ਕੀ ਬਣਦਾ, ਪਰ ਮੈਨੂੰ ਲੱਗਦਾ ਵੀ ਭਾਈ ਬਣਦਾ ਕੁਝ ਬਹੁਤਾ ਹੁੰਦਾ ਨਹੀਂ ਐਂਡ ਦੇ ਉੱਤੇ। ਜੀ ਸਰ, ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰ ਦਿਓ ਜੀ। ਦੇਖੋ ਜੀ ਪੰਜਾਬ ਦਾ ਮੌਸਮ ਠੀਕ ਆ,
ਵੈਸੇ ਰਾਤ ਦੇ ਵੇਲੇ ਮੌਸਮ ਹੁਣ ਬਦਲ ਰਿਹਾ ਤੇ ਮੀਂਹ ਕਣੀ ਤੋਂ ਬਚਾਅ ਹਾਲ ਦੀ ਘੜੀ ਤਾਂ ਉਹਦਾ ਮੀਂਹ ਪੈਂਦਾ, ਛਰਾਟਾ ਜਿਹਾ ਪੈਂਦਾ ਕਿਸੇ ਥਾਂ ਤੇ, ਪਰ ਨਾਲ ਦੀ ਗਲੀ ਦੇ ਵਿੱਚ ਨਹੀਂ ਪੈਂਦਾ। ਮੀਂਹ ਕਣੀ ਤੋਂ ਬਚਾਅ ਦੀ ਕਿਸਾਨ ਇੱਛਾ ਪਾਲਦੇ ਆ, ਪਰ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਤਿੱਖਾ ਮੀਂਹ ਪੈਣ ਦੀ ਸੰਭਾਵਨਾ। ਜੀ ਸੋ ਬਹੁਤ ਬਹੁਤ ਸ਼ੁਕਰੀਆ ਸਰ, ਅੱਜ ਦੇ ਲਈ ਇੰਨਾ ਹੀ ਸੀ, ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ। ਮਿਹਰਬਾਨੀ, ਬਹੁਤ ਮਿਹਰਬਾਨੀ, ਮਿਹਰਬਾਨੀ।